जलंधर च थाना डिवीजन नंबर 7 दी पुलिस ने वेंचुला च छापेमारी करके हुक्का पी रहे पांच नौजवानां नूं गिरफ्तार कीता, जिन्हां पासियों पांच हुक्के, सत पाइप, चार चिलम ते दो डब्बे तमाकू फ्लेवर ते होर समान भी बरामद कीता गया। जानकारी दिंदे होए थाना डिवीजन नंबर 7 दे प्रभारी SI गगनदीप सेखो ने दस्या कि लेडी SI संदीप राणी ने पुलिस पार्टी समेत वेंचुला च हुक्का बार चलाए जाने की सूचना के आधार ते छापेमारी कीती ते उत्थे मौजूद पांच नौजवानां नूं हुक्का पींदे होए काबू कीता। पुलिस ने काबू किए नौजवानों से वक्त तरावों तहत मामला दर्ज करके अगली कार्रवाई शुरू कर दी है। ਮਾਨਯੋਗ ਸੀਪੀ ਸਰ ਜੀ ਵੱਲੋਂ ਕਮਿਸ਼ਨਰ ਜਲੰਧਰ ਵਿੱਚ ਮਾੜੇ ਅਫਸਰਾਂ ਖਿਲਾਫ਼ ਮੀਟਿੰਗ ਦੀ ਮੁਹਿੰਮ ਤਹਿਤ ਜਿਹੜਾ ਆ ਵੈਂਚਰ ਰੈਸਟੋਰੈਂਟ ਐਂਡ ਬਾਰ ਦੇ ਖਿਲਾਫ਼ ਜਿਹੜਾ ਮੁਕੱਦਮਾ ਦਰਜ ਕੀਤਾ। ਜਿਸ ਇਹ ਸਾਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਜਿਹੜਾ ਹਰਕੁਸ਼ਲ ਜਿਹੜਾ ਮਾਲਕ ਆ ਵੈਂਚਰ ਰੈਸਟੋਰੈਂਟ ਦਾ, ਇਹ ਸ਼ਰੇਆਮ ਜਿਹੜਾ ਵੱਖ ਵੱਖ ਫਲੇਵਰ ਅਤੇ ਵੱਖ ਵੱਖ ਤਮਾਕੂ ਦੇ ਰਾਹੀਂ ਜਿਹੜਾ ਆ ਹੁੱਕਾ ਜਿਹੜਾ ਸਪਲਾਈ ਕਰ ਰਿਹਾ ਆਪਣੇ, ਅਤੇ ਨਾਲ ਇਹਦੇ ਨਾਲ ਹੀ ਵਿੱਚ ਜਿਹੜਾ ਫੂਡ ਟੇਬਲ ਵੀ ਹੈ ਜਿਹੜਾ ਕਿ ਖਿਲਾ ਰਿਹਾ, ਜਿਹੜਾ ਕਿ ਅਸੀਂ ਮੁਕੱਦਮਾ ਦਰਜ ਕਰਕੇ ਉੱਥੇ ਰੇਡ ਕੀਤੀ ਹੈ, ਜਿੱਥੋਂ ਅਸੀਂ ਪੰਜ ਨੌਜਵਾਨ ਪਲੱਸ ਜਿਹੜਾ ਪੰਜ ਜਿਹੜੇ ਆ ਹੁੱਕਾ ਅਤੇ ਨਾਲ ਫਲੇਵਰ ਜਿਹੜੇ ਆ ਬਰਾਮਦ ਕੀਤੇ ਸੀ। ਇਹਨਾਂ ਦੇ ਕੀ ਮੁਕੱਦਮਾ ਦਰਜ ਕੀਤਾ ਗਿਆ? ਇਹਨਾਂ ਦੇ ਖਿਲਾਫ਼ 188 IPC 3 ਐਪੀਡੈਮਿਕ ਡਿਸੀਜ਼ ਐਕਟ, 51 ਡਿਜ਼ਾਸਟਰ ਮੈਨੇਜਮੈਂਟ ਐਕਟ ਪਲੱਸ ਜਿਹੜਾ ਆ ਸੈਕਸ਼ਨ 4A 21A ਸਿਗਰਟ ਐਂਡ ਟਬੈਕੋ ਐਕਟ ਦੇ ਤਹਿਤ ਜਿਹੜਾ ਮੁਕੱਦਮਾ ਦਰਜ ਕੀਤਾ ਹੈ। ਸਰ ਕੀ ਨਾਮ ਕੀ ਇਹਨਾਂ ਦੇ? ਇਹਨਾਂ ਦਾ ਇੱਕ ਦਾ ਨਾਮ ਜਿਹੜਾ ਅਜੇ ਆ ਇਹ ਜਿਹੜਾ ਹੁੱਕਾ ਜਿਹੜਾ ਬਣਾ ਕੇ ਫਲੇਵਰ ਜਿਹੜਾ ਆ ਪਰੋਸਦਾ ਸੀਗਾ। ਇਹ ਕਾਫੀ ਲਾਇਕ ਵੀ ਕਾਸ਼ ਜਿਹੜਾ ਹੈਗਾ ਆ ਇਹ ਮੈਨੇਜਰ ਸੀਗਾ। ਸਤਨਾਮ ਜਿਹੜਾ ਆ ਇਹਨਾਂ ਦਾ ਗਾਰਡ ਸੀਗਾ ਜਿਹੜਾ ਬਾਹਰ ਬਿਠਾਉਂਦੇ ਸੀਗੇ ਨਜ਼ਰ ਰੱਖਦੇ, ਅਤੇ ਨਾਲ ਜਿਹੜੇ ਪੀਣ ਵਾਲੇ ਦੋ ਨੌਜਵਾਨ ਸੀ ਉੱਥੇ, ਇੱਕ ਜਤਿਨ ਅਤੇ ਇੱਕ ਜਿਹੜਾ ਰਿਸ਼ੀ, ਇਹਨਾਂ ਨੂੰ ਉੱਥੇ ਦੀ ਮਿਸਿੰਗ ਪਕੜ। ਸਰ ਇਹਨਾਂ ਦਾ ਪਹਿਲਾਂ ਹੀ ਮੁਕੱਦਮਾ ਹੈਗਾ ਜੀ? ਜਿਹੜਾ ਹਰਕੁਸ਼ਲ ਜਿਹੜਾ ਆ ਤਨੇਜਾ ਇਹਨਾਂ ਦਾ ਮਾਲਕ ਜਿਹੜਾ ਹੈ, ਇਹਦੇ ਖਿਲਾਫ਼ ਪਹਿਲਾਂ ਵੀ ਇਸੇ ਡਿਵੀਜ਼ਨ ਨੰਬਰ 7 'ਚ ਮੁਕੱਦਮਾ ਦਰਜ ਹੈ। ਜਲੰਧਰ ਤੋਂ ਬਿਊਰੋ ਰਿਪੋਰਟ, NC7 ਨਿਊਜ਼।